ਸ਼ੁਕਰਗੁਜ਼ਾਰ ਜੀ ਸਾਡੇ ਸੋਸ ਟੀਵੀ ਵੇਖ ਰਹੇ ਆਪ ਸਭ ਦਾ ਮੈਂ ਸਵਾਗਤ ਸਕਸੈਨਾ ਨਿੱਗਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਮੁੱਦਾ ਗਰਮ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਖਬਰਾਂ ਬਾਰੇ ਜੋ ਦਿਨ ਪਰ ਗਰਮ ਮੁੱਦਾ ਬਣੀ ਰਹੀਆਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਅੱਜ ਇਸਦਾ ਜਿਹੜਾ ਮੁੱਦਾ ਹੈ ਕਾਫੀ ਗਰਮ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮਾਈਨਿੰਗ ਵਿਭਾਗ ਦੇ ਜਿਹੜੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਸ ਦੇ ਵਿੱਚ ਭਿੜ ਗਏ ਹਰਜੋਤ ਬੈਂਸ ਨੇ ਕਿਹਾ ਕਿ ਭਾਰਤ ਦੇ ਨਾਮੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ 2 ਸਾਲ 3 ਮਹੀਨੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਗਿਆ ਉਸ 'ਤੇ ਜਾਅਲੀ FIR ਕੀਤੀ ਗਈ ਪਰ ਉਸ 'ਤੇ ਕੋਈ ਚਲਾਨ ਨਹੀਂ ਹੋਇਆ ਉਹਨਾਂ ਇਹ ਕਿਹਾ ਹੈ ਕਿ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਜਿਸ ਬੈਰਕ ਵਿੱਚ 25 ਬੰਦੇ ਆਉਣੇ ਚਾਹੀਦੇ ਸੀ ਉਸ ਬੈਰਕ ਵਿੱਚ ਉਸਨੂੰ VIP ਟ੍ਰੀਟਮੈਂਟ ਦਿੱਤਾ ਗਿਆ ਉਸਦੀ ਪਤਨੀ ਉਸ ਜੇਲ੍ਹ ਵਿੱਚ ਉਸਦੇ ਨਾਲ ਰਹਿੰਦੀ ਸੀ ਉਹਨਾਂ ਇਹ ਵੀ ਕਿਹਾ ਹੈ ਕਿ UP ਦੀ ਸਰਕਾਰ ਨੇ 26 ਵਾਰ ਮੁਖਤਾਰ ਅੰਸਾਰੀ ਦਾ ਪ੍ਰੋਟੈਕਸ਼ਨ ਵਾਰੰਟ ਕੱਢਿਆ ਪਰ ਪੰਜਾਬ ਨੇ ਧਿਆਨ ਨਹੀਂ ਦਿੱਤਾ ਉਹਨਾਂ ਇਹ ਵੀ ਕਿਹਾ ਹੈ ਕਿ ਮੁਖਤਾਰ ਅੰਸਾਰੀ ਨੂੰ ਬਚਾਉਣ ਦੇ ਲਈ ਸੀਨੀਅਰ ਐਡਵੋਕੇਟ ਦੀ 11 ਲੱਖ ਰੁਪਏ ਪੇਸ਼ੀ ਦੀ ਇੱਕ ਦਿਨ ਦੀ ਫੀਸ ਸੀ ਉਹਨਾਂ ਇਹ ਵੀ ਕਿਹਾ ਕਿ 55 ਲੱਖ ਦਾ ਬਿੱਲ ਸਾਡੀ ਸਰਕਾਰ ਨੂੰ ਆਇਆ ਹੋਇਆ ਅਤੇ ਇਹ ਪੈਸਾ ਅਸੀਂ ਕਿਉਂ ਦੇਈਏ ਇਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਬੋਲਦਿਆਂ ਕਿਹਾ ਕਿ ਜੇਕਰ ਇਸ ਗੱਲ ਦਾ ਜਵਾਬ ਦੇਣ ਲੱਗ ਗਏ ਤਾਂ ਫਿਰ ਬਜਟ ਤੋਂ ਪਾਸੇ ਹੋ ਜਾਵਾਂਗੇ ਉਹਨਾਂ ਕਿਹਾ ਕਿ ਜੇਕਰ ਅਜਿਹੀ ਗੱਲ ਹੈ ਤਾਂ ਫਿਰ ਲੋਰੈਂਸ ਬਿਸ਼ਨੋਈ ਵੱਲ ਹੁੰਦੇ ਹਾਂ ਕਿ ਉਹ ਕਿਹੜੀ ਜੇਲ੍ਹ ਵਿੱਚ ਹੈ ਅਤੇ ਕੀ ਕਰਦਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਹਰਜੋਤ ਬੈਂਸ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਗੱਲ ਦਾ ਸਬੂਤ ਦੇ ਸਕਦੇ ਨੇ ਕਿ ਅੰਸਾਰੀ ਦੀ ਪਤਨੀ ਉਸ ਨਾਲ ਜੇਲ੍ਹ ਵਿੱਚ ਰਹਿੰਦੀ ਸੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹ ਗੱਲ ਸਾਬਿਤ ਨਾ ਹੋਈ ਤਾਂ ਹਰਜੋਤ ਬੈਂਸ ਨੂੰ ਅਸਤੀਫਾ ਦੇਣਾ ਪਵੇਗਾ ਬਾਜਵਾ ਨੇ ਕਿਹਾ ਕਿ ਹਰਜੋਤ ਬੈਂਸ ਕਿਸੇ ਮੁਹੱਲਾ ਕਲੀਨਿਕ ਵਿੱਚ ਨਹੀਂ ਸਗੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦਾ ਲੋਅ ਐਂਡ ਆਰਡਰ ਮੁਖਤਾਰ ਅੰਸਾਰੀ ਕਰਕੇ ਖਰਾਬ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁਖਤਾਰ ਅੰਸਾਰੀ ਤੋਂ ਉਨਾ ਖਤਰਾ ਨਹੀਂ ਜਿੰਨਾ ਕਿ ਲੋਰੈਂਸ ਬਿਸ਼ਨੋਈ ਤੋਂ ਹੈ ਇਸ ਮੁੱਦੇ ਨੂੰ ਲੈ ਕੇ ਜਿਹੜਾ ਹੈ ਹਰਜੋਤ ਬੈਂਸ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ ਹੈ ਮੈਂ ਸਦਨ ਦੇ ਵਿੱਚ ਅਤੇ ਆਪ ਜੀ ਦੇ ਜ਼ਰੀਏ ਪੂਰੇ ਪੰਜਾਬ ਦੇ ਸਾਹਮਣੇ ਰੱਖਣਾ ਚਾਹੁੰਦਾ ਲਾਅ ਐਂਡ ਆਰਡਰ ਦੀ ਬਹੁਤ ਗੱਲ ਹੁੰਦੀ ਹੈ ਸਰ ਬਹੁਤ ਗੱਲ ਹੁੰਦੀ ਹੈ ਪਰ ਇੱਕ ਐਦਾਂ ਦਾ ਕੇਸ ਕਿਉਂਕਿ ਜੇਲ੍ਹ ਮਿਨਿਸਟਰ ਮੈਂ ਜੀ ਇੱਕ ਐਦਾਂ ਦਾ ਕੇਸ ਮੇਰੀ ਨਜ਼ਰ 'ਚ ਆਇਆ ਜਿਸ ਨੇ ਸਾਡਾ ਪੰਜਾਬ ਦੀ ਛਵੀ 'ਤੇ ਸਵਾਲ ਉਠਾ ਦਿੱਤੇ ਸਰ ਇੰਡੀਆ ਦਾ ਨਾਮੀ ਗੈਂਗਸਟਰ ਮੁਖਤਾਰ ਅੰਸਾਰੀ ਵਾਸ ਕੈਪਟ ਇਨ ਅ ਪੰਜਾਬ ਜੇਲ੍ਹ ਫੋਰ 2 ਈਅਰਸ ਐਂਡ 3 ਮੰਥਸ ਇੱਕ ਜਾਅਲੀ FIR ਕਰਕੇ ਮੋਹਾਲੀ ਦੇ ਵਿੱਚ ਉਸ ਸ਼ਖਸ 'ਤੇ 10 ਪਰਚੇ ਸੀ UP 'ਤੇ ਇੱਕ ਜਾਅਲੀ FIR ਕਰਤੇ ਉਸ FIR ਦੇ ਵਿੱਚ ਕੋਈ ਚਲਾਨ ਨਹੀਂ ਹੋਇਆ ਸਰ ਉਸ FIR 'ਚ ਹੁਣ ਡਿਫਾਲਟ ਬੇਲ ਨਹੀਂ ਲਈ ਸਰ ਅਤੇ ਇੰਨਾ ਹੀ ਨਹੀਂ ਸਰ ਦਿਸ ਇਜ਼ ਵੈਰੀ ਇੰਪੋਰਟੈਂਟ ਦਿਸ ਇਜ਼ ਰਿਲੇਟਡ ਟੂ ਲਾਅ ਐਂਡ ਆਰਡਰ ਆਫ ਪੰਜਾਬ ਲੈਟ ਮੀ ਫਿਨਿਸ਼ ਦਿਸ ਇਜ਼ ਵੈਰੀ ਇੰਪੋਰਟੈਂਟ ਦਿਸ ਇਜ਼ ਵੈਰੀ ਇੰਪੋਰਟੈਂਟ ਸਰ ਦਿਸ ਇਜ਼ ਰਿਲੇਟਡ ਟੂ ਲਾਅ ਐਂਡ ਆਰਡਰ ਆਫ ਮਾਈ ਸਟੇਟ ਲੈਟ ਹਿਮ ਕੰਪਲੀਟ ਦਿਸ ਇਜ਼ ਰਿਲੇਟਡ ਟੂ ਲਾਅ ਐਂਡ ਆਰਡਰ ਆਫ ਮਾਈ ਸਟੇਟ ਲੈਟ ਮੀ ਕੰਪਲੀਟ ਸਰ ਦਿਸ ਇਜ਼ ਵੈਰੀ ਇੰਪੋਰਟੈਂਟ ਲੈਟ ਹਿਮ ਕੰਪਲੀਟ ਸਰ 2 ਸਾਲ 3 ਮਹੀਨੇ ਉਹਨੂੰ ਪੰਜਾਬ ਦੀ ਰੋਪੜ ਜੇਲ੍ਹ 'ਚ ਰੱਖਿਆ ਗਿਆ ਜਿਸ ਬੈਰਕ ਦੇ ਵਿੱਚ 25 ਬੰਦੇ ਆਉਣੇ ਚਾਹੀਦੇ ਸੀ ਹੀ ਵਾਸ ਗਿਵਨ ਅ VIP ਟ੍ਰੀਟਮੈਂਟ ਉਸਦੀ ਵਾਈਫ ਉਸ ਜੇਲ੍ਹ 'ਚ ਨਾਲ ਰਹਿੰਦੀ ਸੀ ਸਰ ਸਰ ਇੱਥੇ ਨਹੀਂ ਰੁਕਦੀ ਗੱਲ ਸਰ ਇੱਥੇ ਨਹੀਂ ਰੁਕਦੀ ਹੁਣ 2 ਸਾਲ 3 ਮਹੀਨਿਆਂ 'ਚ ਹੁਣ ਕੀ ਫੋਨ ਯੂਜ਼ ਕੀਤੇ ਹੋਣਗੇ ਕਿੰਨੇ ਗੈਂਗਸਟਰ ਫਾਇਦਾ ਕੀਤੇ ਹੋਣਗੇ ਨੋਟ ਓਨਲੀ ਦਿਸ ਦੈਨ ਇਟ ਆਲਸੋ ਜੁਆਇੰਟਸ ਦੈਨ ਇਟ ਆਲਸੋ ਪੁੱਟਸ ਬਰਡਨ ਔਨ ਦੈਨ ਇਟ ਸਰ ਨੋਟ ਓਨਲੀ ਦਿਸ ਸਰ ਸੁਣ ਲਓ ਇੱਥੇ ਬਜਟ ਵੀ ਆ ਗਿਆ ਸਰ ਇੱਥੇ ਬਜਟ ਵੀ ਆ ਗਿਆ ਦਿਸ ਇਜ਼ ਵੈਰੀ ਇੰਪੋਰਟੈਂਟ ਦਿਸ ਇਜ਼ ਵੈਰੀ ਇੰਪੋਰਟੈਂਟ ਸਰ ਇੱਥੇ ਬਜਟ ਵੀ ਆ ਗਿਆ ਸਰ UP ਗਵਰਨਮੈਂਟ ਨੇ 26 ਵਾਰੀ ਪ੍ਰੋਡਕਸ਼ਨ ਵਾਰੰਟ ਕੱਢਿਆ 26 ਵਾਰੀ ਪੰਜਾਬ ਨੇ ਸੁਣਿਆ ਨਹੀਂ ਦੈਨ ਦਾ UP ਗਵਰਨਮੈਂਟ ਫਾਈਲਡ ਅ ਰਿਟ ਇਨ ਸੁਪਰੀਮ ਕੋਰਟ ਆਫ ਇੰਡੀਆ ਮੁਖਤਾਰ ਅੰਸਾਰੀ ਨੂੰ ਬਚਾਉਣ ਦੇ ਲਈ ਸਰ ਸੀਨੀਅਰ ਐਡਵੋਕੇਟ ਜਿਹਦੀ 11 ਲੱਖ ਰੁਪਇਆ ਪੇਸ਼ੀ ਦੀ ਫੀਸ ਸੀ 11 ਲੱਖ ਰੁਪਇਆ ਇੱਕ ਦਿਨ ਦੀ ਫੀਸ ਸੀ 55 ਲੱਖ ਦਾ ਬਿੱਲ ਅੱਜ ਸਾਨੂੰ ਆਇਆ ਹੋਇਆ 55 ਲੱਖ ਰੁਪਇਆ ਅਸੀਂ ਕਿਉਂ ਦੇਈਏ ਇੱਕ ਗੈਂਗਸਟਰ ਨੂੰ ਰੱਖਣ ਦੇ ਲਈ ਇੰਪੋਰਟੈਂਟ ਹੈ ਸਰ ਦਿਸ ਇਜ਼ ਵੈਰੀ ਇੰਪੋਰਟੈਂਟ ਲੀਡਰ ਆਫ ਆਪੋਜੀਸ਼ਨ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਬੈਂਸ ਸਾਹਿਬ ਲੀਡਰ ਆਫ ਆਪੋਜੀਸ਼ਨ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ ਚਲੋ ਹਰਜੋਤ ਸਿੰਘ ਬੈਂਸ ਇੱਕ ਮਿੰਟ ਲਾਸਟ 60 ਸੈਕਿੰਡ ਸਰ ਕਰ ਲੈਣ ਦਿਓ ਲਾਸਟ 60 ਸੈਕਿੰਡ ਸਰ 55 ਲੱਖ ਰੁਪਏ ਦੇ ਸਰ ਅਸੀਂ ਬਿੱਲ ਦਈਏ ਜਿੱਥੇ ਸਾਡੀ ਸਟੇਟ ਦਾ 108 ਕਰੋੜ ਰੁਪਇਆ ਲੱਗਿਆ ਅਸੀਂ ਵਕੀਲ ਨਹੀਂ ਕਰਦੇ ਜਿੱਥੇ ਅਸੀਂ ਗੈਂਗਸਟਰ 2 ਸਾਲ 3 ਮਹੀਨੇ ਉਹਨੂੰ ਆਪਣੇ ਕੋਲ ਰੱਖਿਆ 5-star ਫੈਸਿਲਿਟੀਜ਼ ਦਿੱਤੀਆਂ ਸਰ ਉਸ ਨੂੰ ਬਚਾਉਣ ਦੇ ਲਈ
सर सीनियर एडवोकेट ऑफ सुप्रीम कोर्ट ऑफ इंडिया जिदी जे तरीक पै जावे तो 11 लाख पंजाबी देंगे, जे नहीं पेगी तो 5.5 लाख पंजाबी देंगे। 55 लाख रुपए का बिल सर टू द स्टेट ऑफ पंजाब, सर आई फॉर द इंफॉर्मेशन ऑफ द स्टेट ऑफ पंजाब सर आई हैव ऑर्डर्ड दैट एन FIR बी लॉज्ड एंड ऑल दोज हु गिल्टी बी बुक्ड। थैंक यू जी जी जी। अपने बाजवा साहब LOP साहब देखो स्पीकर साहब जी सर असी बहुत तुहाडी कदर करने जी एंड यू आर सिटिंग ऑन अ वेरी डिफिकल्ट चेयर जी सर वेयर द स्केल्स हैव टू बी यू कैनॉट ए वन साइडेड काम ना करिए। बहस हो रही है बजट से जे फिर इस गल का जवाब देना शुरू कर दिए जी शुरू करिए उथो देखो जी फिर आएगा समझे फिर लॉरेंस बिश्नोई की आई है फिर कितों चलता कौन करवा ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਾਰੀ ਅਨਸੂਰੀ ਦੀ ਕਰਦੀ ਰਹਿੰਦੀ ਸੀ ਨਹੀਂ ਸੀ ਰਹਿੰਦੀ ਕੈਨ ਯੂ ਪ੍ਰੂਵ ਕਰਦੇ ਉੱਥੇ ਸੀ ਕੈਨ ਯੂ ਪ੍ਰੂਵ ਯੂ ਆਰ ਜੇਲ੍ਹ ਮਿਨਿਸਟਰ ਦਿਸ ਯੂ ਆਰ ਸੇਇੰਗ ਦਿਸ ਔਨ ਦ ਫਲੋਰ ਆਫ ਦੀ ਹਾਊਸ ਇਫ ਯੂ ਡੋਂਟ ਇਫ ਯੂ ਆਰ ਨਾਟ ਏਬਲ ਟੂ ਇਹ ਚੀਜ਼ ਸਾਬਤ ਨਾ ਹੋਈ ਯੂ ਵਿਲ ਹੈਵ ਟੂ ਰਿਜ਼ਾਈਨ ਯੂ ਵਿਲ ਹੈਵ ਟੂ ਰਿਜ਼ਾਈਨ ਯੂ ਆਰ ਨਾਟ ਇਨ ਅ ਮਹੱਲਾ ਕਲੀਨਿਕ ਯੂ ਆਰ ਔਨ ਦੀ ਮੈਂ ਆਪਣਾ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਜਿਹੜਾ ਹੈ ਮਾਈਨਿੰਗ ਨੂੰ ਲੈ ਕੇ ਵੀ ਹੰਗਾਮਾ ਹੋਇਆ, ਮਾਈਨਿੰਗ ਨੂੰ ਲੈ ਕੇ ਜਿਹੜਾ ਹੈ ਜ਼ੋਰਦਾਰ ਬਹਿਸ ਹੋਈ। ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਉਹਨਾਂ ਕਿਹਾ ਕਿ ਪੰਜਾਬ ਸਿਰ ਕਰਜ਼ਾ ਅੱਜ 3 ਲੱਖ ਕਰੋੜ ਤੋਂ ਪਾਰ ਹੋ ਗਿਆ। ਉਹਨਾਂ ਨੇ ਪੰਜਾਬ ਸਰਕਾਰ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ 20,000 ਕਰੋੜ ਰੁਪਏ ਇਕੱਠੇ ਕਰ ਦੇਵੇ ਤਾਂ ਉਹ ਕਦੇ ਸਦਨ ਦੇ ਵਿੱਚ ਨਹੀਂ ਵੜਨਗੇ। ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ 40,000 ਕਰੋੜ ਰੁਪਏ ਦੀ ਲੁੱਟ ਹੋਈ ਹੈ। ਉਹਨਾਂ ਇਹ ਵੀ ਕਿਹਾ ਹੈ ਕਿ 5 ਸਾਲਾਂ ਵਿੱਚ ਕਾਂਗਰਸ ਸਰਕਾਰ ਦੇ ਸਮੇਂ 60,000 ਕਰੋੜ ਰੁਪਏ ਦੀ ਲੁੱਟ ਹੋਈ ਹੈ। ਉਹਨਾਂ ਨੇ ਰਾਜਾ ਵੜਿੰਗ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਕੀ ਉਹ ਹੁਣ ਹਾਊਸ ਛੱਡਣਗੇ ਜਾਂ ਨਹੀਂ ਛੱਡਣਗੇ। ਇਸ 'ਤੇ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਤਾਂ ਕਿਹਾ ਗਿਆ ਸੀ ਕਿ ਅਸੀਂ 20,000 ਕਰੋੜ ਰੁਪਇਆ ਰੇਤੇ ਵਿੱਚੋਂ ਲੈ ਕੇ ਆਵਾਂਗੇ। ਉਹਨਾਂ ਕਿਹਾ ਹੈ ਕਿ ਮੈਂ ਇਹ ਕਿਹਾ ਸੀ ਕਿ ਜੇਕਰ ਸੂਬਾ ਸਰਕਾਰ ਦਾ 20,000 ਕਰੋੜ ਰੈਵਨਿਊ ਆ ਗਿਆ ਤਾਂ ਮੈਂ ਸਦਨ ਦੇ ਵਿੱਚ ਨਹੀਂ ਆਵਾਂਗਾ। ਪਰ ਹਰਜੋਤ ਬੈਂਸ ਇਸ ਗੱਲ ਨੂੰ ਕਿਸੇ ਹੋਰ ਪਾਸੇ ਹੀ ਲੈ ਕੇ ਗਏ ਨੇ। ਮੈਂ ਆਪ ਸਭ ਦੇ ਜੀ 5-7 ਮਿੰਟ ਲੈਣਾ ਚਾਹੂੰਗਾ। ਬਜਟ 'ਤੇ ਬੋਲ ਰਿਹਾ ਤਾਂ ਸਭ ਤੋਂ ਪਹਿਲਾਂ ਜਿਹੜਾ ਵਾਈਟ ਪੇਪਰ ਸਪੀਕਰ ਸਾਹਿਬ ਜਿਹੜਾ ਪੇਸ਼ ਕੀਤਾ ਮੇਰੇ ਵੱਡੇ ਵੀਰ ਫਾਈਨੈਂਸ ਮਿਨਿਸਟਰੀ ਹਰਪਾਲ ਚੀਮਾ ਜੀ ਨੇ, ਜਦੋਂ ਮੈਂ ਇਹਦੇ ਇਹਨੂੰ ਪੜ੍ਹਿਆ ਤਾਂ ਮੈਨੂੰ ਐਂ ਲੱਗਿਆ ਕਿ ਸ਼ਾਇਦ ਇਹ ਪੰਜਾਬ ਦੀ ਤ੍ਰਾਸਦੀ ਹੈ ਜੀ। ਉਹ ਪੰਜਾਬ ਜਿਨ ਇੰਨੀਆਂ ਮਾੜਾਂ ਸਹੀਆਂ, ਪਾਰਟੀਸ਼ਨ ਦੀ ਵੰਡ ਸਹੀ, ਪਰ ਉਸ ਤੋਂ ਬਾਅਦ ਵੀ ਖੜ੍ਹਾ ਹੋਇਆ। 1980 ਤੱਕ ਸਾਡੇ ਸਿਰ 'ਤੇ ਸਿਰਫ 1,000 ਕਰੋੜ ਕਰਜ਼ਾ ਸੀ, 2011-12 ਦੇ ਵਿੱਚ 83,000 ਕਰੋੜ ਕਰਜ਼ਾ ਸੀ। ਅਤੇ ਸਪੀਕਰ ਸਾਹਿਬ, ਮਾਨਯੋਗ ਸਪੀਕਰ ਸਾਹਿਬ, ਜੋ ਪੰਜਾਬ ਅਸੀਂ ਭੱਜ ਨਹੀਂ ਰਹੇ ਆਪਣੀ ਜ਼ਿੰਮੇਦਾਰੀ ਤੋਂ, ਬਿਲਕੁਲ ਨਹੀਂ ਭੱਜ ਰਹੇ, ਪਰ ਦੱਸ ਰਹੇ ਹਾਂ ਇਹ ਕਿੱਦਾਂ ਦਾ ਪੰਜਾਬ ਸਾਨੂੰ ਦਿੱਤਾ ਗਿਆ। ਅੱਜ ਉਹ ਕਰਜ਼ਾ 3 ਲੱਖ ਕਰੋੜ ਤੋਂ ਪਾਰ ਹੋ ਗਿਆ। ਸਪੀਕਰ ਸਾਹਿਬ, ਕਰਜ਼ਾ ਲਿਆ ਜਾਂਦਾ, ਮੇਰੀ ਗੱਡੀ ਲੋਨ 'ਤੇ ਹੈ, ਜਿਸ ਦਿਨ ਉਹਦੀ ਕਿਸ਼ਤ ਆਉਂਦੀ ਹੈ ਮੈਨੂੰ ਬੜਾ ਦੁੱਖ ਹੁੰਦਾ, ਪਰ 29 ਦਿਨ ਮੈਂ ਉਸ ਗੱਡੀ ਦਾ ਆਨੰਦ ਮਾਣਦਾ। ਲੋਕ ਕਰਜ਼ਾ ਲੈ ਕੇ ਆਪਣੇ ਘਰ ਬਣਾਉਂਦੇ ਨੇ। ਪੰਜਾਬ ਦੇ ਸਿਰ 'ਤੇ 3 ਲੱਖ ਕਰੋੜ ਕਰਜ਼ਾ ਹੋ ਜਾਂਦਾ, ਕੋਈ ਤਕਲੀਫ ਨਹੀਂ ਸੀ, ਪਰ ਅੱਜ ਪੰਜਾਬ ਦੇ ਹਸਪਤਾਲਾਂ 'ਚ ਨਾ ਡਾਕਟਰ ਹੈ, ਨਾ ਇਲਾਜ ਹੈ, ਨਾ ਪਟਵਾਰੀ ਹੈ। ਕਹਿਣ ਨੂੰ ਸਕੂਲ ਨੰਬਰ 1 ਹੈ ਜੀ, ਦੱਸਣ ਕਿਹੜੇ ਸਰਕਾਰੀ ਸਕੂਲਾਂ ਦਾ ਬੱਚਾ IIT 'ਚ ਗਿਆ, ਕਿਹੜਾ ਸਰਕਾਰੀ ਸਕੂਲਾਂ ਦਾ ਬੱਚਾ IIM 'ਚ ਗਿਆ, ਕਿਹੜੇ ਸਰਕਾਰੀ ਸਕੂਲਾਂ ਦਾ। ਮੈਨੂੰ ਬੋਲ ਲੈਣ ਦਿਓ ਜੀ। 3 ਲੱਖ, ਮੇਰਾ ਹਲਕਾ ਜੀ ਅਨੰਦਪੁਰ ਸਾਹਿਬ, 100 ਕਿਲੋਮੀਟਰ ਦੂਰ, 100 ਕਿਲੋਮੀਟਰ ਦੂਰ ਜੀ ਸਾਨੂੰ ਆਉਣਾ ਪੈਂਦਾ PGI। ਉਹੀ ਗੱਲ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੇ ਕੀਤੀ, ਹਸਪਤਾਲ ਰੈਫਰੈਂਸ ਸੈਂਟਰ ਬਣੇ ਹੋਏ ਜੀ। ਇਹ 3 ਲੱਖ ਕਰੋੜ ਕਿੱਥੇ ਚਲਾ ਗਿਆ? ਮੇਰੇ ਹਲਕੇ ਦੇ ਵਿੱਚ 3 ਨਗਰ ਕੌਂਸਲਾਂ ਨੇ, ਹਰ ਨਗਰ ਕੌਂਸਲ 'ਚ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਪਿਛਲੇ 5 ਸਾਲਾਂ 'ਚ। ਅਤੇ ਮੈਂ ਦਾਅਵੇ ਨਾਲ ਕਹਿ ਸਕਦਾ, ਸਾਰੇ ਮੈਂਬਰ ਸਾਹਿਬਾਨ ਦੱਸ ਦੇਣ, ਸਾਰਿਆਂ ਦੇ ਹੋਈ ਹੈ ਕਿ ਨਹੀਂ ਹੋਈ ਹੈ? ਸਰ, ਸਾਰੇ
जिहड़े पंचायतां दे फंडां दे विचों उहदे चो लुट हुई है कि नहीं है जी, पता तो होवे जी 3 लाख करोड़ पिया होया कित्थों। राजा वड़िंग जी ने बहुत वड्डी स्टेटमेंट दित्ती, मेरे वड्डे भाई है, मैं सत्कार करदा चंगे राजनेता ने, ये कहिंदे जे अगर ये 20,000 करोड़ कट्ठा कर देंगे तो मैं कभी सदन च नहीं बढ़ूंगा। ठीक है भाई जी, पर मेरी थानू बेनती है जी, मैं कुछ ये दसना चाहता थानू आंकड़े। पिछले 20 सालों के जो माइनिंग चो रेवन्यू कट्ठा होया 2002-03 7 करोड़, 2003-04 11 करोड़, 2004-05 11 करोड़, 2006-11 करोड़, 2007-13 करोड़, 2008-35 करोड़, 2009-36 करोड़, 2010-61 करोड़, फिर 36 करोड़, फिर 2013-14 फिर 19 करोड़, फिर 2013-14 43 करोड़, 2014-15 86 करोड़, 2015-16 56 करोड़, फिर 42 करोड़, फिर 123 करोड़, 2017-18 फिर 2018-19 38 करोड़, फिर 19-20 110 करोड़, फिर 2020-21 178 करोड़, 2021-22 150 करोड़। पिछले 20 सालों के सिर्फ 1,083 करोड़ माइनिंग चो आया। पिछले 20 सालों के जो अनुमान ला लीए तो उत्ते कंपाउंड इंट्रस्ट कर लिए तो 40,000 करोड़ की लुट हुई है, तो पिछले 5 सालों के 7,000 करोड़ की लुट थोड़े सरकार ने की है। हाउस छटूंगे कि नहीं छटूंगे? 7,000 बह जाओ हूँ, मेरे सुन लें दो जी, आ दस्तावेज लेके आया, दस्तावेज लेके आया मंत्री जी। 7,000 करोड़ की लुट पिछले 5 सालों च हुई है मंत्री जी, एक मिनट छटूंगे कि नहीं छटूंगे, आप मैं बोल लें दो जी मेरे आंकड़े। मंत्री जी एक मिनट मंत्री जी, राजा जी बहुत ही सत्कारयोग स्पीकर साहब, किस साल कितनी आमदन हुई और 20 सालों की गल उदो असी सदन च नहीं सी जा कोई गल नहीं, किन्ने 1,000 करोड़ होया, 2 होया 1 होया 50 लाख रुपया होया, होई होनी है लुट, होई होनी है, मैं इस गल नू इनकार नहीं करता, होई होनी है। लेकिन मैं जो गल कही सी इन्होंने क्या सी कि अगली जो सरकार आएगी असी लोगों ने पूछा सी गरंटियां कितों पूरे कराऊंगे, उन्होंने कहा सी 20,000 करोड़ रुपया रेते चो आमदन लेके आवांगे, जिहड़ी लुट हुई है पहला ये लेके आउन 20,000 करोड़ रुपया। मैं ये कहा मैं सदन दे विच नहीं आऊंगा जे 20,000 करोड़ रुपए का इन्होंने रेवेन्यू आ गया तो नहीं आवांगा, वो गल नू किधरे पासे लै गए। ठीक, वो जवाब आ गई तुहाडी गल। इस दे नाल ही अज पंजाब विधानसभा दे विच सुखपाल सिंह खैरा ने सिद्धू मूसेवाले दे गीत SYL दे बैन होण दा मुद्दा चुकिया। सुखपाल खैरा ने केंद्र सरकार ते इल्जाम लगाउंदिया कहा कि सिद्धू दा SYL गीत केंद्र सरकार ने बैन करवाया है, यही नहीं गीत बैन करन मगरों केंद्र सरकार ने ट्विटर ते 100 तों वध ट्विटर हैंडल्स भी बंद कर दिते ने, जिन्हां दे विच सब तों महत्वपूर्ण ट्रैक्टर टू ट्विटर ते किसान एकता मोर्चा दे ने। सुखपाल सिंह खैरा ने इन्हां ट्विटर हैंडल्स दे बैन होण पिछे भी BJP सरकार दा हत्थ दस्या। सुखपाल सिंह खैरा ने यह भी कहा कि भारत एक आज़ाद देश है ते इत्थे हर एक व्यक्ति नू अपनी गल रखण दा हक है, पर इंज गीत ते अकाउंट्स बैन करन तो साफ जाहिर है कि सरकार नहीं चाहती है कि लोग अपनी आवाज़ चुक सकन। दस दिए कि सुखपाल सिंह खैरा नू मुख्यमंत्री भगवंत मान ने भरोसा दवाया है कि वह यह मुद्दा जरूर चुकणगे। उन्हें कहा कि जिहड़ी मर्जी सरकार होवे लोगों की आवाज़ बंद करन दा कोई चांस नहीं है। सिद्धू मूसेवाले का गीत लीक होने तो बाद पंजाब पुलिस ने मरहूम गायक के पिता बलकौर सिंह की शिकायत FIR दर्ज कर ली है। SYL ते मूसेवाले का जड़ा विवादित गीत 20 जून को कथित तौर पर किसी अणपछाते व्यक्ति के वलों व्हाट्सएप से लीक किया गया सी। सिद्धू मूसेवाला द्वारा गाया गीत SYL 23 जून को अधिकारित तौर पर रिलीज़ होना सी। इस मामले दे विच पुलिस ने एक मुलजम नू गिरफ्तार भी किया है, पर पंचायत दे कहन ते मूसेवाला दी मां ने उस नू माफ कर दिता है। FIR दे विच बलकौर सिंह ने दस्या कि पहला भी पता लगा सी कि उस दे पुत्र मूसेवाला वालों रिकॉर्ड किते गीत लीक हो गए सन। उन्हें कहा कि दोषियों के खिलाफ कानूनी कार्रवाई करन दा फैसला किया है। FIR दी कापी सिद्धू मूसेवाला दे इंस्टाग्राम स्टोरी दे अधिकारित अकाउंट ते पोस्ट की गई है। पोस्ट ते लिखा गया है कि सिद्धू मूसेवाला दे गीतां नू लीक करन अते अगे भेजण वाले अणपछाते व्यक्तियों खिलाफ FIR दर्ज की गई है। पोस्ट विच ये भी कहा गया है कि असी गिरफ्तार किए गए पहले मुलजम की FIR की कॉपी सांझी कर रहे हैं, हालांकि सिद्धू की मां ने उसनू माफ़ कर दिता है, पर असी अगले किसी भी व्यक्ति नू माफ़ नहीं करांगे। अगे लिखा गया है कि कृपया करके अजिहियां गतिविधियां विच शामिल ना होवो।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਤਾਂ ਹੋ ਚੁੱਕੀਆਂ ਨੇ ਪਰ ਹਾਲੇ ਵੀ ਜਿਹੜਾ ਇਸ ਦਾ ਮੁੱਦਾ ਹੈ ਕਾਫੀ ਗਰਮ ਚੱਲ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ। ਇੱਥੇ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਉਪ ਚੋਣਾਂ ਦੌਰਾਨ ਜਿਹੜਾ ਚਾਹੇ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਹਨਾਂ ਨੂੰ ਆਪਣੀ ਹਾਰ 'ਤੇ ਦੁੱਖ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੀ ਹਾਰ ਦੀ ਖੁਸ਼ੀ ਹੈ। ਇਸ ਦਾ ਸਬੂਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ, ਅਸ਼ਵਨੀ ਸ਼ਰਮਾ, ਮਨਜਿੰਦਰ ਸਿੰਘ ਸਿਰਸਾ ਸਮੇਤ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਵੱਡੇ ਵੱਡੇ ਨੇਤਾਵਾਂ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਗਈ ਹੈ। ਉਧਰ ਆਮ ਆਦਮੀ ਪਾਰਟੀ ਦੇ ਹਾਲਾਤ ਇਸ ਤੋਂ ਬਿਲਕੁਲ ਉਲਟ ਨੇ ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਹਾਰ ਤਾਂ ਕਬੂਲ ਲਈ ਹੈ ਪਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਨਹੀਂ ਦਿੱਤੀ। ਇਹਨਾਂ ਦੇ ਵਿੱਚ ਭਗਵੰਤ ਮਾਨ ਨੇ ਪੰਜਾਬ ਦੀ ਤਰੱਕੀ ਲਈ ਹੋਰ ਜ਼ਿਆਦਾ ਮਿਹਨਤ ਕਰਨ ਦੀ ਗੱਲ ਵੀ ਆਖੀ ਹੈ ਜਦੋਂ ਕਿ ਰਾਘਵ ਚੱਡਾ ਨੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਕਾਂਗਰਸ ਅਤੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਸੰਨ ਲੱਗਣ ਨੂੰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੱਸਿਆ ਹੈ ਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਲੋਕ ਸਭਾ ਉਪ ਚੋਣ ਦੇ ਨਤੀਜਿਆਂ ਨੂੰ ਲੈ ਕੇ ਚੁੱਪੀ ਸਾਧੀ ਹੋਈ ਹੈ। ਉਹਨਾਂ ਨੇ ਦਿੱਲੀ ਦੀ ਰਜਿੰਦਰ ਨਗਰ ਵਿਧਾਨ ਸਭਾ ਸੀਟ 'ਤੇ ਹੋਈ ਉਪ ਚੋਣ ਦੌਰਾਨ ਮਿਲੀ ਜਿੱਤ ਨੂੰ ਲੈ ਕੇ ਸੋਸ਼ਲ ਮੀਡੀਆ ਜ਼ਰੀਏ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਪਰ ਸੰਗਰੂਰ ਦੇ ਵਿੱਚ ਮਿਲੀ ਹਾਰ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ। ਸੰਗਰੂਰ ਲੋਕ ਸਭਾ ਉਪ ਚੋਣਾਂ ਵਿੱਚ ਮਿਲੀ ਹੈਰਾਨ ਕਰਨ ਵਾਲੀ ਹਾਰ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਮੰਥਨ ਕਰਨ ਦੀ ਗੱਲ ਕਹਿ ਰਹੀ ਹੈ ਨਾਲ ਹੀ ਸੂਬੇ ਦੇ ਵਿੱਚ ਜਥੇਬੰਦੀ ਨੂੰ ਫਿਰ ਮਜ਼ਬੂਤ ਕਰਨ ਦੀ ਵੀ ਵਰਕਿੰਗ ਸ਼ੁਰੂ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸੇ ਲੜੀ ਤਹਿਤ ਸਰਕਾਰ ਬਣਨ ਤੋਂ ਬਾਅਦ ਹੀ ਜਿਹੜਾ ਹੈ ਅਣਦੇਖੀ ਕਾਰਨ ਘਰ ਬੈਠੇ ਪੁਰਾਣੇ ਵਲੰਟੀਅਰਾਂ ਨੂੰ ਐਕਟਿਵ ਕਰਨ ਦੇ ਲਈ ਜਿੱਥੇ ਇਸ ਹਫ਼ਤੇ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ ਉੱਥੇ ਹੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਨੂੰ ਨਵਾਂ ਪ੍ਰਧਾਨ ਵੀ ਮਿਲਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ 2-3 ਮਹੀਨਿਆਂ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਕਿਸੇ ਸੀਨੀਅਰ ਨੇਤਾ ਨੂੰ ਸੌਂਪੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਸਾਲ 2014 ਦੇ ਵਿੱਚ ਆਮ ਆਦਮੀ ਪਾਰਟੀ ਤੋਂ MP ਬਣਨ ਵਾਲੇ ਭਗਵੰਤ ਮਾਨ 2017 ਤੋਂ ਹੀ ਪੰਜਾਬ ਦੇ ਵਿੱਚ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਨੇ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੇ ਮੋਢਿਆਂ 'ਤੇ ਸਰਕਾਰ ਚਲਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਆ ਗਈ ਹੈ ਜਿਸ ਕਾਰਨ ਜਥੇਬੰਦੀ ਨੂੰ ਪਹਿਲਾਂ ਵਾਂਗ ਸਮਾਂ ਨਾ ਦੇ ਸਕਣ ਕਾਰਨ ਪਾਰਟੀ ਦੀਆਂ ਗਤੀਵਿਧੀਆਂ ਪਿਛਲੇ 3 ਮਹੀਨਿਆਂ ਤੋਂ ਰੁਕ ਜੁਈਆਂ ਗਈਆਂ ਨੇ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਜਦੋਂ ਤੋਂ ਸੂਬੇ ਦੇ ਵਿੱਚ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਸਿਰਫ ਜ਼ਿਲ੍ਹਾ ਪ੍ਰਧਾਨਾਂ ਅਤੇ ਲੋਕ ਸਭਾ ਹਲਕਾ ਇੰਚਾਰਜਾਂ ਦੇ ਨਾਲ ਮਾਨ ਦੀ ਇੱਕ ਇੱਕ ਹੀ ਸੰਯੁਕਤ ਮੀਟਿੰਗ ਹੋਈ ਹੈ। ਇਹੀ ਨਹੀਂ ਚੋਣਾਂ ਤੋਂ ਪਹਿਲਾਂ ਤੱਕ ਗਰਾਊਂਡ ਪੱਧਰ 'ਤੇ ਕਾਰਜ ਕਰਨ ਵਾਲਾ ਵਲੰਟੀਅਰ ਵੀ ਪਾਰਟੀ ਦੀਆਂ ਗਤੀਵਿਧੀਆਂ ਨਾ ਹੋਣ ਕਾਰਨ ਨਿਰਾਸ਼ ਹੋ ਕੇ ਘਰ ਬੈਠ ਗਏ ਨੇ ਜੋ ਕਿ ਸੰਗਰੂਰ ਉਪ ਚੋਣਾਂ ਦੇ ਵਿੱਚ ਵੀ ਪ੍ਰਚਾਰ ਲਈ ਪੂਰੀ ਉਤਸੁਕਤਾ ਨਾਲ ਨਹੀਂ ਨਿਕਲੇ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਪਾਰਟੀ ਦੇ ਇੱਕ ਵੱਡੇ ਨੇਤਾ ਨੇ ਦੱਸਿਆ ਕਿ ਨਵਾਂ ਪੰਜਾਬ ਪ੍ਰਧਾਨ ਬਣਾਉਣ ਨੂੰ ਲੈ ਕੇ ਸਰਕਾਰ ਬਣਨ ਤੋਂ ਬਾਅਦ 2-3 ਵਾਰ ਚਰਚਾ ਹੋ ਚੁੱਕੀ ਹੈ ਹੁਣ ਪਾਰਟੀ ਹਾਈਕਮਾਨ ਵੱਲੋਂ ਕਿਸੇ ਸੀਨੀਅਰ ਵਰਕਰ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਹਨਾਂ ਇਹ ਵੀ ਕਿਹਾ ਕਿ ਉਮੀਦ ਹੈ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਕੋਈ ਨਵਾਂ ਚਿਹਰਾ ਦੇ ਸਕਦੀ ਹੈ। ਪੰਜਾਬ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਜਿਸ ਦਾ ਮੁੱਦਾ ਕਾਫੀ ਗਰਮ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਖਿਲਾਫ਼ ਦਾਇਰ ਪਟੀਸ਼ਨਾਂ 'ਤੇ ਅੱਜ ਸੁਣਵਾਈ ਕੀਤੀ ਹੈ। ਅਦਾਲਤ ਨੇ ਸੁਣਵਾਈ ਤੋਂ ਬਾਅਦ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 5 ਜੁਲਾਈ ਤੱਕ ਇਸ ਮਾਮਲੇ ਸੰਬੰਧੀ ਸਟੇਅ ਲਗਾ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਐਕਸਾਈਜ਼ ਪਾਲਿਸੀ 2022-23 ਨੂੰ 4 ਲੋਕਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨਾਂ ਦਾਖਲ ਕਰਕੇ ਚੁਣੌਤੀ ਦਿੱਤੀ ਹੈ। ਹਾਈਕੋਰਟ ਦੀ ਰਜਿਸਟਰੀ ਵਿੱਚ ਸਾਰੀਆਂ ਪਟੀਸ਼ਨਾਂ ਮਨਜ਼ੂਰ ਕਰ ਲਈ ਗਈਆਂ ਨੇ ਜਿਨ੍ਹਾਂ 'ਤੇ ਮੰਗਲਵਾਰ ਯਾਨੀ ਕਿ ਅੱਜ ਇਕੱਠੀਆਂ ਸੁਣਵਾਈ ਹੋਈ। ਇਹਨਾਂ ਪਟੀਸ਼ਨਾਂ ਵਿੱਚ ਦੋਸ਼ ਲਗਾਏ ਗਏ ਨੇ ਕਿ ਨਵੀਂ ਐਕਸਾਈਜ਼ ਪਾਲਿਸੀ ਰਾਹੀਂ ਪੰਜਾਬ ਦੇ ਵਿੱਚ ਸ਼ਰਾਬ ਕਾਰੋਬਾਰ ਵਿੱਚ ਮਨੋਪਲੀ ਨੂੰ ਬੜਾਵਾ ਦਿੱਤਾ ਗਿਆ ਹੈ ਜਿਸ ਨਾਲ ਛੋਟੇ ਸ਼ਰਾਬ ਕਾਰੋਬਾਰੀਆਂ ਨੂੰ ਨੁਕਸਾਨ ਹੋਵੇਗਾ। ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਲੋਕ ਸਭਾ ਵਿੱਚ ਰਿਸ਼ਤੇਦਾਰਾਂ ਦੀ ਗਿਣਤੀ ਵੱਧ ਗਈ ਹੈ। ਜ਼ਿਕਰੇ ਖਾਸ ਹੈ ਕਿ ਇਸ ਸਮੇਂ ਜਿਹੜਾ ਹੈ ਪੰਜਾਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਦੇ ਵਿੱਚ ਇਕੱਠੇ ਨੇ।
ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦਾ ਸਵਾਲ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਜੀਜਾ ਨੇ ਅਤੇ ਉਹ ਸੰਗਰੂਰ ਤੋਂ ਲੋਕ ਸਭਾ ਚੋਣ ਵਿੱਚ ਮਿਲੀ ਜਿੱਤ ਤੋਂ ਬਾਅਦ ਦੋਵੇਂ ਲੋਕ ਸਭਾ ਦੇ ਵਿੱਚ ਇਕੱਠੇ ਹੋ ਗਏ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਸੰਸਦ ਮੈਂਬਰਾਂ ਦੇ ਰਿਸ਼ਤੇਦਾਰ ਵੀ ਵਿਧਾਨ ਸਭਾ ਦੇ ਵਿੱਚ ਮੌਜੂਦ ਨੇ ਜਿਸ ਵਿੱਚ ਸੰਤੋਖ ਸਿੰਘ ਚੌਧਰੀ ਦਾ ਮੁੰਡਾ ਵਿਕਰਮ ਚੌਧਰੀ ਅਤੇ ਹਰਸਿਮਰਤ ਕੌਰ ਬਾਦਲ ਦੇ ਭਰਾ ਵਿਕਰਮ ਮਜੀਠੀਆ ਦੀ ਪਤਨੀ ਗਵੀਨ ਕੌਰ ਦਾ ਨਾਂ ਸ਼ਾਮਲ ਹੈ ਕੇਂਦਰ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਅਗਨੀਪਥ ਯੋਜਨਾ ਲਿਆਂਦੀ ਗਈ ਸੀ ਜਿਸ ਦਾ ਕਿ ਪੂਰੇ ਦੇਸ਼ ਦੇ ਵਿੱਚ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਵੀ ਇਸ ਦਾ ਜਿਹੜਾ ਵਿਰੋਧ ਹੈ ਲੋਕਾਂ ਦਾ ਨਾਂ ਨਹੀਂ ਲੈ ਰਿਹਾ ਜਿਸ ਦਾ ਮੁੱਦਾ ਕਾਫੀ ਗਰਮ ਹੈ ਜਿਸ ਦੇ ਚੱਲਦੇ ਅੱਜ ਫਰੀਦਕੋਟ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵੱਲੋਂ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਫਰੀਦਕੋਟ ਦੇ ਘੰਟਾ ਘਰ ਚੌਕ ਤੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਈ ਘਨੱਈਆ ਚੌਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਾਂਗਰਸ ਦੇ ਆਗੂ ਅਜੇਪਾਲ ਸਿੰਘ ਅਤੇ ਨੌਜਵਾਨ ਆਗੂ ਇੱਥੇ ਧੂਨਸੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਨਵੀਂ ਸਕੀਮ ਅਧੀਨ ਲਿਆਂਦੀ ਗਈ ਹੈ ਉਹ ਉਸਦਾ ਵਿਰੋਧ ਕਰਦੇ ਨੇ ਕਿਉਂਕਿ ਇਹ ਨੌਜਵਾਨਾਂ ਨਾਲ ਪੂਰਾ ਖਿਲਵਾੜ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ 4 ਸਾਲ ਤੋਂ ਬਾਅਦ ਨੌਜਵਾਨ ਕੀ ਕਰਨਗੇ ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਕੋਈ ਇੱਥੇ ਅਸਲਾ ਨਹੀਂ ਆਉਂਦਾ ਹੈ ਚਲਾਉਣਾ ਉਹ ਸਿੱਖ ਕੇ ਕੀ ਕਰਨਗੇ ਅੱਜ ਦਾ ਜੋ ਇਹ ਪੁਤਲਾ ਪ੍ਰੋਗਰਾਮ ਸੀ ਇਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ ਹੇਠ ਜੋ ਨਰਿੰਦਰ ਮੋਦੀ ਦੀ ਸਰਕਾਰ ਨੌਜਵਾਨਾਂ ਨੂੰ ਹੋਰ ਬੇਰੁਜ਼ਗਾਰੀ ਵੱਲ ਝੂਠੇ ਲਾਰੇ ਲਾ ਕੇ ਅਗਨੀਵੀਰ ਦੀ ਜਿਹੜੀ ਉਹਨਾਂ ਨੇ ਉਹਨਾਂ ਨੂੰ ਭਰਤੀ ਕਰਨ ਵਾਸਤੇ ਕਿਹਾ ਅਗਨੀਪਥ ਯੋਜਨਾ ਦੇ ਤਹਿਤ ਉਹਦੇ ਖਿਲਾਫ਼ ਅਸੀਂ ਪ੍ਰਦਰਸ਼ਨ ਕਰਦੇ ਹਾਂ ਅਤੇ ਉਹਦਾ ਅਸੀਂ ਪੁਰ ਅਮਨ ਵਿਰੋਧ ਵੀ ਕਰਦੇ ਹਾਂ ਕਿਉਂਕਿ ਜਿਹੜੀ 4 ਸਾਲ ਵਾਸਤੇ ਯੋਜਨਾ ਲਿਆਂਦੀ ਆ 4 ਸਾਲ ਨੌਕਰੀ ਕਰਕੇ ਕੋਈ 30-40 ਹਜ਼ਾਰ ਰੁਪਇਆ ਉਹਨਾਂ ਨੂੰ 4 ਸਾਲ ਦੇਣ ਤੋਂ ਬਾਅਦ ਉਹਨਾਂ ਬੱਚਿਆਂ ਦਾ ਉਹਨਾਂ ਨੌਜਵਾਨਾਂ ਦਾ ਬਿਲਕੁਲ ਵੀ ਭਵਿੱਖ ਚੰਗਾ ਨਹੀਂ ਕਿਉਂਕਿ 17 ਤੋਂ 21 ਸਾਲ ਤੱਕ ਦਾ ਬੱਚਾ +2 ਕਰਕੇ ਵੱਧ ਤੋਂ ਵੱਧ BA ਵੀ ਨਹੀਂ ਕਰ ਸਕਦਾ ਅਤੇ ਉਹ 4 ਸਾਲ ਦੀ ਨੌਕਰੀ ਜਾਊਗਾ ਅਤੇ ਕੋਈ ਪਤਾ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਗਰੰਟੀ ਨਹੀਂ ਵੀ ਉਹਨੂੰ ਕੋਈ ਨੌਕਰੀ ਦਿੱਤੀ ਜਾਊ ਜਾਂ ਨਾ ਦਿੱਤੀ ਜਾਊ ਅੱਜ ਉਹ ਬੱਚੇ ਨੇ ਮੈਰਿਜ ਕਰਨੀ ਆ ਉਹਦੀ ਸ਼ਾਦੀ ਹੋਣੀ ਆ ਅਤੇ ਉਹ ਲੜਕੀ ਵਾਲਿਆਂ ਨੇ ਵੀ ਪਹਿਲੇ ਨੰਬਰ 'ਤੇ ਵੇਖਣਾ ਵੀ ਬੱਚਾ ਕੀ ਕਰਦਾ ਜੇ ਪਤਾ ਹੋਊਗਾ ਵੀ ਇਹ 4 ਸਾਲ ਵਾਸਤੇ ਨੌਕਰੀ ਮਿਲੀ ਆ ਅੱਗੇ ਤੋਂ ਇਹਨੂੰ ਕੋਈ ਨੌਕਰੀ ਨਹੀਂ ਮਿਲਣੀ +2 ਦੀ ਇਹਦੀ ਐਜੂਕੇਸ਼ਨ ਆ ਅਤੇ ਤੁਸੀਂ ਆਪ ਦੱਸੋ ਉਹ ਕਿਵੇਂ ਇੱਕ ਉਹਦੀ ਜਿਹੜੀ ਪੜ੍ਹਾਈ ਆ ਉਹ ਇਰੈਗੂਲਰ ਹੋਜੂਗੀ ਰੈਗੂਲਰ ਪੜ੍ਹਾਈ ਨਹੀਂ ਰਹਿਣੀ ਉਸ ਤੋਂ ਬਾਅਦ ਉਹਦਾ ਪੜ੍ਹਾਈ ਨਾਲ ਨਾਤਾ ਟੁੱਟ ਜਾਣਾ ਇਹ ਨੌਜਵਾਨਾਂ ਨਾਲ ਬਹੁਤ ਵੱਡਾ ਖਿਲਵਾੜ ਆ ਇਹਦੇ ਪਿੱਛੇ ਇੱਕ ਸਰਕਾਰ ਦਾ RSS ਦਾ ਅਤੇ BJP ਦਾ ਇੱਕ ਛੁਪਿਆ ਹੋਇਆ ਏਜੰਡਾ ਉਹ ਇਹਦੇ ਨਾਲ ਅਤੇ ਹੋਰ ਜਿਹੜੀਆਂ ਉਹ ਆਪਣੀਆਂ ਸਕੀਮਾਂ ਚਲਾ ਰਹੇ ਆ ਉਹ ਘੱਟ ਗਿਣਤੀਆਂ ਨੂੰ ਦੂਰ ਕਰਨਾ ਚਾਹੁੰਦੇ ਆ ਇਹਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਰਾਜਪੂਤਾਂ ਦੇ ਜਿਹੜੀਆਂ ਰਾਈਫਲਸ ਪੰਜਾਬ ਦੇ ਆ ਜਿਹੜੀਆਂ ਰੈਜੀਮੈਂਟਸ ਹੈਗੀਆਂ ਉਹ ਸਾਰੀਆਂ ਤੋੜਨੀਆਂ ਚਾਹੁੰਦੇ ਆ ਕਿਉਂਕਿ 4-4 ਸਾਲ ਭਰਤੀ ਕਰਨਾ ਕੋਈ ਰੈਗੂਲਰ ਰੈਜੀਮੈਂਟ ਨਹੀਂ ਰਹਿ ਜਾਣੀ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿਉਂਕਿ ਜੇ ਸਾਡੀ ਡਿਫੈਂਸ ਸਾਡੀ ਆਰਮੀ ਦੇ ਵਿੱਚ ਹੀ ਕੋਈ ਚੰਗਾ ਪ੍ਰਬੰਧ ਨਹੀਂ ਤਾਂ ਸਾਡੇ ਦੇਸ਼ ਦਾ ਕੀ ਰਾਖਾ ਹੋ ਸਕਦਾ ਕਿਉਂਕਿ ਅਸੀਂ ਪਹਿਲਾਂ ਹੀ ਬਾਰਡਰ ਸਟੇਟ 'ਤੇ ਬੈਠੇ ਹਾਂ ਪੰਜਾਬ ਇੱਕ ਬਾਰਡਰ ਸਟੇਟ ਆ ਪਾਕਿਸਤਾਨ ਦੇ ਨਾਲ ਸਾਡਾ ਬਾਰਡਰ ਆ ਅਤੇ ਸਾਰੇ ਪਾਕਿਸਤਾਨ ਨਾਲ ਕੋਈ ਸੰਬੰਧ ਇਹਨੇ ਚੰਗੇ ਨਹੀਂ ਇਸੇ ਤਰ੍ਹਾਂ ਚੀਨ ਸਾਡਾ ਗੁਆਂਢੀ ਦੇਸ਼ ਆ ਉਹ ਪਾਕਿਸਤਾਨ ਨਾਲ ਰਲ ਕੇ ਸਾਡੇ ਦੇਸ਼ ਦੇ ਸਾਡੀਆਂ ਸੜਕਾਂ ਦੇ ਪੈਰਲਲ ਉੱਥੇ ਰੋਡਸ ਬਣਾ ਰਿਹਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੇ ਕਰਜ਼ਾ ਲਿਆ ਚੀਨ ਤੋਂ ਅਤੇ ਉਹਦੇ ਤਹਿਤ ਉਹਨੇ ਉਹਨੂੰ ਸੂਟੇਬਲ ਜੋ ਚੀਨ ਨੂੰ ਚਾਹੀਦੀ ਆ ਹਿੰਦੁਸਤਾਨ ਦੇ ਨਾਂ ਲੱਗਦੀ ਬਾਰਡਰ ਦੀ ਥਾਂ ਉਹ ਵੀ ਪਾਕਿਸਤਾਨ ਉਹਨੂੰ ਦੇਣ ਵਾਸਤੇ ਰਾਜ਼ੀ ਹੋ ਗਿਆ ਇਸ ਕਰਕੇ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਅਤੇ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਦੇ ਹਾਂ ਕਿ ਇਸ ਚੀਜ਼ ਦੇ ਬਹੁਤ ਮਾੜੇ ਅਸਰ ਨਿਕਲਣਗੇ ਇਹਨੂੰ ਚੰਗੀ ਤਰ੍ਹਾਂ ਸੋਚਿਆ ਜਾਵੇ ਅਤੇ ਇਹ ਸਕੀਮ ਵਾਪਸ ਲਈ ਜਾਵੇ ਬਹੁਤ ਬਹੁਤ ਧੰਨਵਾਦ ਦੇਖੋ ਜੀ ਜੋ ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਫੈਸਲਾ ਲਿਆ ਅਗਨੀਪਥ ਯੋਜਨਾ ਇਹ ਇੱਕ ਬਹੁਤ ਘਟੀਆ ਅਤੇ ਘਿਨਾਉਣਾ ਫੈਸਲਾ ਇਹ ਦੇਸ਼ ਹਿੱਤ ਦੇ ਵਿੱਚ ਨਹੀਂ ਅਗਰ ਨੌਜਵਾਨ ਸਾਡੇ ਜਿਹੜੇ ਆ 25 ਸਾਲ ਤੱਕ ਕਿਸੇ ਨਾ ਕਿਸੇ ਕੰਮ ਦੇ ਵਿੱਚ ਜਿਹੜੇ ਪਰਫੈਕਟ ਹੁੰਦੇ ਆ ਜਾਂ ਕੋਈ ਸਟੱਡੀ ਕਰਦੇ ਆ ਜਾਂ ਕੋਈ ਕੰਮ ਸਿੱਖਦੇ ਆ 25 ਸਾਲ ਤੋਂ ਬਾਅਦ ਉਹਨਾਂ ਨੂੰ ਬੇਕਾਰ ਕਰਕੇ ਇਹਨਾਂ ਨੇ ਤੋੜ ਦੇਣਾ ਦੇਸ਼ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਉਹ ਵੱਧ ਸਕਦੀ ਹੈ ਔਰ ਦੂਜੀ ਗੱਲ ਇਹ ਵੀ ਮੈਂ ਕਹਿਣੀ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਵੀ ਜਿਹੜੇ ਨੌਜਵਾਨਾਂ ਨੂੰ ਹਥਿਆਰ ਜੇ ਚਲਾਉਣੇ ਨਹੀਂ ਆਉਂਦੇ ਹਥਿਆਰ ਜੇ ਉਹ ਚਲਾਉਣੇ ਸਿੱਖ ਗਏ ਤਾਂ ਦੇਸ਼ ਦੇ ਵਿੱਚ ਜੇ ਕੋਈ ਉਹ ਦੂਜੀਆਂ ਏਜੰਸੀਆਂ ਦੇ ਧੱਕੇ ਚੜ੍ਹ ਕੇ ਦੇਸ਼ ਵਿਰੋਧੀ ਏਜੰਸੀਆਂ ਦੇ ਧੱਕੇ ਚੜ੍ਹ ਕੇ ਤਾਂ ਦੇਸ਼ ਦੇ ਵਿੱਚ ਜਿਹੜਾ ਅੱਤਵਾਦ ਵੀ ਫੈਲ ਸਕਦਾ ਨਰਿੰਦਰ ਮੋਦੀ ਨੂੰ ਔਰ ਇਹਨਾਂ ਦੀ ਸਰਕਾਰ ਨੂੰ ਇਹ ਸੋਚ ਕੇ ਸੰਜੀਦਗੀ ਦੇ ਨਾਲ ਇਹ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ ਸੋ ਸਾਡੇ ਖਾਸ ਪ੍ਰੋਗਰਾਮ ਮੁੱਦਾ ਗਰਮ ਹੈ ਦੇ ਵਿੱਚ ਫਿਲਹਾਲ ਇੰਨਾ ਹੀ ਹੋਰ ਤਾਜ਼ਾ ਜਾਣਕਾਰੀ ਵੇਖਣ ਦੇ ਲਈ ਤੁਸੀਂ ਬਣੇ ਰਹੋ ਸਾਂਝ ਸੋਸ ਟੀਵੀ ਦੇ ਨਾਲ ਅਤੇ ਹੁਣ ਮੈਂ ਦਿਵਾਂਗੇ ਧੰਨਵਾਦ